ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਹੋਪ ਕਰਦਾ ਤੁਸੀਂ ਵੈਲ ਐਂਡ ਗੁੱਡ ਹੋਵੋਗੇ। ਤੇ ਅੱਜ ਆਪਾਂ ਗੱਲਬਾਤ ਕਰਨੀ ਆ ਪਹਿਲਾਂ ਵਾਰ ਦੀ ਤਰ੍ਹਾਂ ਸਪਾਊਸ ਓਪਨ ਵਰਕ ਪਰਮਿਟ ਰਿਫਿਊਜ਼ਲ ਤੇ, ਠੀਕ ਹੈ ਜੀ। ਤੇ ਬਹੁਤ ਸਾਰੇ ਵੀਰ ਰਾਈਟ ਨਾਓ ਰਿਫਿਊਜ਼ਲ ਵਾਲੇ ਪੰਗੇ ਦੇ ਵਿੱਚ ਫਸੇ ਹੋਏ ਆ, ਤੇ ਬਹੁਤ ਸਾਰੇ ਵੀਰਾਂ ਦੀ ਆ ਰਹੀ ਆ, ਠੀਕ ਹੈ। ਇੱਕ ਸੋਚਣ ਵਾਲੀ ਗੱਲ ਹੈ ਕਿ ਇੱਕ ਆਮ ਬੰਦੇ ਦੀ ਰਿਫਿਊਜ਼ਲ ਵੀ ਆ ਰਹੀ ਆ, ਤਾਂ ਇੱਕ ਉਹ ਬੰਦੇ ਦੀ ਜਿਹਦੇ ਕੋਲੇ ਸਾਰਾ ਕੁਝ ਬਾਵਜੂਦ ਹੋਣ ਦੇ ਬਾਵਜੂਦ ਵੀ ਰਿਫਿਊਜ਼ਲ ਲੱਗ ਰਹੀ ਆ, ਠੀਕ ਹੈ ਜੀ। ਇਹਨਾਂ ਸਾਰੀਆਂ ਗੱਲਾਂ ਤੇ ਅੱਜ ਆਪਾਂ ਤੁਹਾਡੇ ਨਾਲ ਗੱਲਬਾਤ ਕਰਨੀ ਆ। ਰਿਫਿਊਜ਼ਲ ਆਪਣਾ ਮੇਨ ਵਿਸ਼ਾ, ਤੇ ਨਾਲ ਦੀ ਨਾਲ ਮੈਂ ਤੁਹਾਨੂੰ ਦੱਸਿਆ ਸੀ ਕਿ ਮੇਰੀ ਦੀਦੀ ਦਾ ਜਿਹੜਾ ਵੀਜ਼ਾ ਗ੍ਰਾਂਟ ਹੋਇਆ, ਤੇ ਉਹਨਾਂ ਦੀ ਫਾਈਲ ਦੇ ਵਿੱਚ ਅਸੀਂ ਕੀ ਇੰਪਰੂਵਮੈਂਟ ਕੀਤੀਆਂ ਸੀਗੀਆਂ, ਤੇ ਕੀ ਇੱਕ ਫਰਜ਼ੀ ਏਜੰਟ ਤੋਂ ਜਿਨ੍ਹਾਂ ਤੋਂ ਉਹਨਾਂ ਨੇ ਲਵਾਈ ਸੀ, ਉਹਨਾਂ ਨੇ ਕੀ ਕਮੀਆਂ ਛੱਡੀਆਂ ਸੀਗੀਆਂ, ਠੀਕ ਹੈ। ਉਹ ਤੁਹਾਡੇ ਨਾਲ ਡਿਸਕਸ ਕਰਦਾ ਅੱਜ ਮੈਂ, ਕਿਉਂਕਿ ਸਾਡੀ ਫੈਮਿਲੀ ਦਾ ਮੈਟਰ ਆ, ਸੋ ਮੈਂ ਪਰਸਨਲੀ ਸ਼ੇਅਰ ਕਰਦਾ, ਠੀਕ ਹੈ, ਕਿ ਕਿੱਦਾਂ ਅਸੀਂ ਉਸ ਚੀਜ਼ ਦੇ ਵਿੱਚ ਇੰਪਰੂਵਮੈਂਟ ਕੀਤੀ। ਤਾਂ ਹੋਪ ਹੋ ਸਕਦਾ ਕਿ ਉਹ ਤੁਹਾਡੇ ਨਾਲ ਵੀ ਰੈਲੇਵੈਂਟ ਹੋਵੇ, ਠੀਕ ਹੈ, ਜੇ ਤੁਹਾਡਾ ਵੀਜ਼ਾ ਰਿਫਿਊਜ਼ ਹੋਇਆ ਜਾਂ ਤੁਸੀਂ ਸਪਾਊਸ ਓਪਨ ਵਰਕ ਪਰਮਿਟ ਲਈ ਅਪਲਾਈ ਕਰਨ ਲੱਗੇ ਆ, ਤਾਂ ਇਹ ਗੱਲਾਂ ਤੁਹਾਡੇ ਕੰਮ ਆ ਸਕਦੀਆਂ, ਠੀਕ ਹੈ। ਮੈਂ ਪਹਿਲਾਂ ਦੀ ਤਰ੍ਹਾਂ ਕਹਿੰਦਾ ਹੁੰਦਾ ਕਿ ਮੈਂ ਕੋਈ ਕੰਸਲਟੈਂਟ ਨਹੀਂ ਆ, ਠੀਕ ਹੈ, ਤੇ ਨਾ ਹੀ ਮੈਂ ਕਦੇ ਫਾਈਲ ਅਪਲਾਈ ਕਰਦਾ, ਤੇ ਨਾ ਹੀ ਵੀਰੋ ਮੈਨੂੰ ਕਿਹਾ ਕਰੋ, ਠੀਕ ਹੈ, ਕਿ ਭਾਜੀ ਤੁਸੀਂ ਕਰਦੇ ਜਾਂ ਨਹੀਂ ਕਰਦੇ। ਮੈਂ ਕੋਈ ਫਾਈਲ ਨਹੀਂ ਅਪਲਾਈ ਕਰਦਾ, ਸਿਰਫ ਮੇਰਾ ਪਰਸਨਲ ਐਕਸਪੀਰੀਅੰਸ ਹੁੰਦਾ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ, ਠੀਕ ਹੈ। ਤੇ ਚਲੋ ਜੀ, ਅੱਜ ਗੱਲਬਾਤ ਕਰਦੇ ਹਾਂ ਸ਼ੁਰੂ, ਸਪਾਊਸ ਓਪਨ ਵਰਕ ਪਰਮਿਟ ਰਿਫਿਊਜ਼ਲ ਕਿੰਨਾ ਗਲਤੀਆਂ ਕਰਕੇ ਹੋ ਰਹੇ ਆ, ਜਿਹੜੀ ਮੈਂ ਆਪਦੀ ਦੀਦੀ ਦੀ ਫਾਈਲ ਦੇ ਵਿੱਚ ਮੈਂ ਤੁਹਾਡੇ ਨਾਲ ਡਿਸਕਸ ਕਰਦਾ। ਪਹਿਲੀ ਗੱਲ ਤਾਂ ਗੱਲ ਆ ਜਾਂਦੀ ਆ ਕਿ ਆਪਾਂ ਮੇਰੀ ਫੈਮਿਲੀ ਦਾ ਹੀ ਆ, ਠੀਕ ਆ, ਉਹਨਾਂ ਨੇ ਇਹ ਦੇਖਿਆ ਕਿ ਠੀਕ ਹੈ ਸਾਨੂੰ ਬਾਅਦ ਦੇ ਵਿੱਚ ਪੈਸੇ ਦੇਣੇ ਪੈ ਰਹੇ ਆ, ਇਸ ਕਰਕੇ ਸਾਡਾ ਬੈਨੀਫਿਟ ਹੋ ਰਿਹਾ, ਤਾਂ ਉਹਨਾਂ ਨੇ ਇੱਕ ਸੜਕ ਛਾਪ ਜਿਹਨੂੰ ਕਹਿ ਰਿਹਾ, ਜਿਹਨੂੰ ਕੋਈ ਨੌਲੇਜ ਨਹੀਂ, ਉਹਨੇ ਵੱਡੀ ਸਾਰੀ ਬਿਲਡਿੰਗ ਪਾਈ ਹੋਈ ਆ, ਠੀਕ ਹੈ, ਉਹਨਾਂ ਤੋਂ ਵੀਜ਼ਾ ਅਪਲਾਈ ਕੀਤਾ, ਜਿਨ੍ਹਾਂ ਨੇ ਸੇਮ ਚੇਪੇ ਦਾ ਚੇਪਾ ਲਾ ਕੇ ਅੱਗੇ ਤੱਕ ਤਾਂ ਲਾ, ਠੀਕ ਹੈ, ਹੁਣ ਉਹਨਾਂ ਦਾ ਤਾਂ ਕੰਮ ਚੱਲ ਪਿਆ, ਠੀਕ ਹੈ, ਹੁਣ ਉਹਨਾਂ ਦੇ ਲਈ ਗਧਾ ਘੋੜਾ ਇੱਕੋ ਜਿਹੀ ਆ, ਠੀਕ ਹੈ, ਚਾਹੇ ਤੁਸੀਂ ਸਹੀ ਫਾਈਲ ਦੇ ਕੇ ਆਓ, ਚਾਹੇ ਮਾੜੀ ਫਾਈਲ ਦੇ ਕੇ ਆਓ, ਚਾਹੇ ਚੰਗੀ ਦੇ ਕੇ ਆਓ, ਉਹਨਾਂ ਨੇ ਤਾਂ ਉਹਦੇ ਵਿੱਚ ਦੀ ਸੇਮ ਪ੍ਰੋਸੀਜਰ ਕਰਕੇ ਨਿਗਾ ਦੇਣਾ। ਤੇ ਬਾਕੀ ਮੈਂ ਇੱਕ ਚੀਜ਼ ਹੋਰ ਕਹਿ ਦੇਣਾ ਅੱਜ ਇਸ ਵੀਡੀਓ ਦੇ ਵਿੱਚ, ਕਿ ਲੋਕ ਮੈਨੂੰ ਇਹ ਪੁੱਛ ਦਿੰਦੇ ਕਿ ICCRC ਮੈਂਬਰ ਤੇ ਇੱਕ ਨਾਰਮਲ ਏਜੰਟ ਦੇ ਵਿੱਚ ਕੀ ਫਰਕ ਆ ਜਿਹਦੇ ਕੋਲੇ ਕੋਈ ਡਿਗਰੀ ਨਹੀਂ। ਐਕਚੁਅਲ ਦੇ ਵਿੱਚ ICCRC ਮੈਂਬਰ ਕੋਲੇ ਇੱਕ ਪੋਰਟਲ ਹੁੰਦਾ ਜਿਹਦੇ ਵਿੱਚ ਅਲੱਗ ਅਲੱਗ ਚੀਜ਼ਾਂ ਅਪਲੋਡ ਕਰਨ ਦਾ ਸਿਸਟਮ ਹੁੰਦਾ, ਤੇ ਇੱਕ ਸਪੈਸੀਫਿਕ ਤਰੀਕੇ ਦੇ ਨਾਲ ਫਾਈਲ ਅਪਲੋਡ ਕਰਦੇ ਆ, ਉਹ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਅਪਲੋਡ ਕਰਦੇ ਆ, ਠੀਕ ਹੈ। ਤਾਂ ਹਮੇਸ਼ਾ ਦੀ ਤਰ੍ਹਾਂ ਉਹ ਜਦੋਂ ਵੀ ਇੱਕ ਕਲਾਇੰਟ ਦੇ ਨਾਲ ਗੱਲਬਾਤ ਕਰਦੇ ਆ, ਕੰਟਰੈਕਟ ਸਾਈਨ ਕਰਦੇ ਆ, ਉਹ ਤੋਂ ਪਹਿਲਾਂ ਤੁਹਾਡੇ ਨਾਲ ਰਿਟਨ ਇੱਕ ਕੰਟਰੈਕਟ ਸਾਈਨ ਹੁੰਦਾ ਜੋ ਤੁਹਾਡੀ ਫਾਈਲ ਦੇ ਨਾਲ ਲੱਗਦਾ, ਜੋ ਤੁਹਾਡੀ ਫਾਈਲ ਸਬਮਿਟ ਹੁੰਦੀ ਆ ਉਹਦੇ ਨਾਲ ਸਬਮਿਟ ਕੀਤਾ ਜਾਂਦਾ, ਠੀਕ ਹੈ। ਇਹ ਜਾਲੀ ਏਜੰਟਾਂ ਨਾਲ ਤਾਂ ਐਂ ਤਰ੍ਹਾਂ ਨਹੀਂ ਆ ਕਿ ਠੀਕ ਹੈ ਤੁਸੀਂ ਬਾਅਦ ਚ ਕਰ ਲਿਓ, ਇੱਦਾਂ ਕਰ ਲਿਓ, ਠੀਕ ਹੈ ਆਹ ਇੰਨੇ ਦੇ ਦਿਓ ਪਹਿਲਾਂ, ਬਾਅਦ ਚ ਦੇ ਦਿਓ, ਠੀਕ ਹੈ, ਕਿ ਨਾ ਕੋਈ ਤੁਹਾਨੂੰ ਪਰੂਫ ਦੇਣਾ, ਠੀਕ ਹੈ, ਤੁਹਾਡੇ ਤੋਂ ਐਪਲੀਕੇਸ਼ਨ ਫੀਸ ਲੈ ਕੇ ਤੁਹਾਨੂੰ ਕੋਈ ਪਰੂਫ ਦਿੰਦੇ ਆ ਮੈਨੂੰ ਅੱਜ ਕੱਲ੍ਹ ਥੱਲੇ ਕਮੈਂਟ ਕਰ ਦਿਓ, ਜਿਹੜੇ ਇਹਨਾਂ ਕੋਲ ਸੜਕ ਛਾਪਾਂ ਕੋਲ ਜਾਂਦੇ ਆ ਅੱਜ ਤੱਕ ਤੁਹਾਨੂੰ ਰਿਟਰਨ ਦੇ ਵਿੱਚ ਲਿਖ ਕੇ ਦਿੰਦੇ ਆ ਤੁਹਾਡਾ ਕੰਟਰੈਕਟ ਹੁੰਦਾ। ਚਲੋ ਜੀ, ਇਹ ਤਾਂ ਗੱਲ ਆ ਗਈ ਇੱਕ ਕੰਸਲਟੈਂਟ ਦੀ। ਹਮੇਸ਼ਾ ਮੈਂ ਰਿਕਮੈਂਡ ਕਰਦਾ ਕਿ ICC ਜਾਂ ਇਮੀਗ੍ਰੇਸ਼ਨ ਐਕਸਪਰਟ ਆ ਜਿਹੜਾ, ਠੀਕ ਹੈ, ਕੈਨੇਡੀਅਨ ਜਿਹੜਾ ਸਿਸਟਮ ਨੂੰ ਬੋਡੀ ਨੂੰ ਚੰਗੀ ਤਰ੍ਹਾਂ ਜਾਣਦਾ ਹੋਵੇ, ਉਹਦੇ ਕੋਲੋਂ ਹੀ ਫਾਈਲ ਲਵਾਓ, ਉਹਦੇ ਤੋਂ ਹੀ ਸਾਰੀ ਇਨਫੋਰਮੇਸ਼ਨ ਕਲੈਕਟ ਕਰੋ। ਹੁਣ ਗੱਲਬਾਤ ਆ ਜਾਂਦੀ ਹੈ ਕਿ ਮੇਰੇ ਕਜ਼ਨ ਸਿਸਟਰ ਦੀ ਫਾਈਲ ਦੀ, ਠੀਕ ਹੈ, ਉਹਨਾਂ ਨੇ ਇੱਕ ਲਵਾਈ ਤੇ ਚਲੋ ਜੀ, ਪਹਿਲਾਂ ਤਾਂ ਸਭ ਤੋਂ ਪਹਿਲਾਂ ਕਿ 7-8 ਲੱਖ ਉਹਨਾਂ ਨੇ ਫੰਡ ਸ਼ੋ ਕੀਤਾ ਸੀ ਮੇਰੀ ਦੀਦੀ ਨੇ। ਮੈਂ ਪੇਪਰ ਤਾਂ ਲੈ ਕੇ ਆਇਆ ਕਿਉਂਕਿ ਸਮਟਾਈਮ ਮੈਂ ਇੱਧਰ ਉੱਧਰ ਹੋ ਜਾਣਾ ਟੌਪਿਕ ਦੇ ਵਿੱਚੋਂ, ਸੋ ਇਸ ਕਰਕੇ ਮੈਂ ਚਾਹੁੰਦਾ ਹੁੰਦਾ ਕਿ ਸਪੈਸੀਫਿਕ ਤੇ ਹੀ ਰਵਾਂ, ਇਸ ਕਰਕੇ ਮੈਂ ਸਭ ਤੋਂ ਪਹਿਲਾਂ ਫੰਡ ਦੀ ਐਕਸਪਲੇਨੇਸ਼ਨ ਨਹੀਂ ਦਿੱਤੀ, ਠੀਕ ਹੈ। ਫੰਡ 7-8 ਲੱਖ ਕਿੱਥੋਂ ਆਇਆ, ਕੋਈ ਉਹਦੇ ਵਿੱਚ ਐਕਸਪਲੇਨੇਸ਼ਨ ਲੈਟਰ ਨਹੀਂ ਲਾਇਆ, ਕੋਈ ਉਹਦੇ ਡਿਟੇਲ ਨਹੀਂ ਲਾਈ ਕਿ ਇਹਦੇ ਵਿੱਚੋਂ ਇਹ ਜਿਹੜਾ 7-8 ਲੱਖ ਫੰਡ ਕਿੱਥੋਂ ਆਇਆ, ਦੀਦੀ ਦੇ ਅਕਾਊਂਟ ਦੇ ਵਿੱਚੋਂ ਸੋਰਸ ਕੀ ਆ, ਨਾ ਹੀ ਉਹਦੇ ਵਿੱਚ ਫਾਈਲ ਦੇ ਵਿੱਚ ਮੈਂਸ਼ਨ ਕੀਤਾ। ਸੋ ਅਸੀਂ ਇਸ ਚੀਜ਼ ਤੇ ਕੰਮ ਕਰਕੇ ਇੱਕ ਐਕਸਪਲੇਨੇਸ਼ਨ ਲੈਟਰ ਤਿਆਰ ਕੀਤਾ ਜਿਹਦੇ ਵਿੱਚ ਐਕਸਪਲੇਨੇਸ਼ਨ ਦਿੱਤੀ ਕਿ ਹਾਂ ਦੀਦੀ ਤੋਂ ਸੌਰਾ ਸਾਹਿਬ ਨੇ ਦਿੱਤੇ ਆ, ਠੀਕ ਹੈ, ਆ ਉਹਨਾਂ ਦੇ ਫਾਈਨੈਂਸ਼ੀਅਲ ਸਪੋਰਟ ਦੇ ਐਫੀਡੇਵਿਟ, ਆਹ ਚੀਜ਼ਾਂ ਸਾਰੀਆਂ ਲਾਈਆਂ। ਹੁਣ ਉਦੋਂ ਅਗਲੀ ਗੱਲ ਆ ਗਈ, ਦੀਦੀ ਦੇ 205 ਵੀ ਲਾਤਾ, 1.5 ਸਾਲ ਪੁਰਾਣੀ ਮੈਰਿਜ ਤੇ 205 ਭਾਜੀ ਵਿਜ਼ਿਟ ਰਹਿ ਕੇ ਗਏ ਆ, ਕਾਫੀ ਟਾਈਮ ਰਹੇ, ਠੀਕ ਹੈ, 3-4 ਮਹੀਨੇ ਉਹ ਜਦੋਂ ਉਹਨਾਂ ਆਫੀਸ਼ੀਅਲ ਡਰੋਪ ਸੀ ਉਦੋਂ ਵੀ ਆ ਕੇ ਗਏ, ਫਿਰ ਵੀ ਉਹਨਾਂ ਦੇ 205 ਲਾਤਾ ਉਹਨਾਂ ਨੇ। ਹੁਣ ਗੱਲ ਆ ਗਈ ਕਿ 205 ਲੱਗਣ ਦਾ ਕਾਰਨ ਕਿ ਉਹਦੇ ਵਿੱਚ ਉਹਨਾਂ ਨੇ ਡਿਫਾਈਨ ਹੀ ਨਹੀਂ ਕੀਤਾ ਕਿ ਐਕਚੁਅਲ ਦੇ ਵਿੱਚ ਰਿਲੇਸ਼ਨਸ਼ਿਪ ਕੀ ਹੈ,
ਕੋਈ ਪਤਾ ਨਹੀਂ ਲੱਗ ਰਿਹਾ। ਠੀਕ ਹੈ ਮੈਂ ਦੇਖੀਆਂ ਸਾਰੀਆਂ, ਠੀਕ ਹੈ ਕੰਪਰੈਸ ਕਰਕੇ ਫਾਈਲ ਲਾਤੀ, ਕਿਉਂਕਿ ਇਹਨਾਂ ਜਿਹੜੇ ਇੰਡੀਆ ਦੇ ਵਿੱਚ ਕੁਛ ਜਿਹੜੇ ਬੈਠੇ ਆ ਸੜਕ ਛਾਪ, ਉਹਨਾਂ ਕੋਲ ਸਿਰਫ ਦੋ ਹੀ ਫੋਲਡਰ ਹੁੰਦੇ ਆ, ਠੀਕ ਹੈ, ਤੇ ਉਹ ਆਪਦੇ ਆਪ ਨੂੰ ਇਮੀਗ੍ਰੇਸ਼ਨ ਐਕਸਪਰਟ ਸਮਝ ਰਹੇ ਹੁੰਦੇ, ਤੇ ਉਹਨਾਂ ਨੇ ਕੰਪਰੈਸ ਕਰਕੇ ਫਾਈਲ ਲਾਈ ਜਦੋਂ, ਤੇ ਉਹਦੇ ਵਿੱਚ ਪਤਾ ਹੀ ਨਾ ਲੱਗੇ ਵੀ ਕੀ ਕੁਛ ਹੈ ਤੇ ਕੀ ਨਹੀਂ ਆ। ਚਲੋ ਜੀ, ਰਿਲੇਸ਼ਨਸ਼ਿਪ ਦੀ ਐਕਸਪਲੇਨੇਸ਼ਨ ਨਹੀਂ ਦਿੱਤੀ, ਕਦੋਂ ਵਿਆਹ ਹੋਇਆ ਸੀ, ਕੀ ਕੁਛ ਹੋਇਆ ਸੀ, ਕਿੱਦਾਂ ਸੀਗਾ, ਸਿਰਫ ਉਹਦੇ ਚੱਕ ਕੇ ਚੇਪੇ ਵਾਲੀ ਇੱਕ ਸਟੋਰੀ ਪਾਈ ਸੀ, ਠੀਕ ਹੈ, ਤੇ ਉਹ ਲਾ ਕੇ ਤੇ ਨਾਲ ਚੇਪਤੀ, ਠੀਕ ਹੈ। ਜਦੋਂ ਅਸੀਂ ਦੂਜੀ ਵਾਰ ਉਹਦੇ ਵਿੱਚ ਇੰਪਰੂਵਮੈਂਟ ਕੀਤੀ ਤੇ ਭਾਜੀ ਵਾਲੀ ਸਾਈਡ ਤੋਂ ਵੀ ਕਵਰਿੰਗ ਲੈਟਰ ਪ੍ਰਪੇਅਰ ਕੀਤਾ ਤੇ ਦੀਦੀ ਵਾਲੀ ਸਾਈਡ ਤੋਂ ਵੀ ਕਵਰਿੰਗ ਲੈਟਰ ਪ੍ਰਪੇਅਰ ਕਰਕੇ ਨਾਲ ਲਾਇਆ, ਠੀਕ ਹੈ ਜੀ। ਤੇ ਉਦੋਂ ਅਗਲੇ ਦੇ ਵਿੱਚ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਦਾ ਕਿ ਭਾਜੀ ਕੰਟੀਨਿਊ ਸਟੱਡੀ ਕਰ ਰਹੇ ਆ, ਉਹਨਾਂ ਦਾ ਅਨੋਲਮੈਂਟ ਲੈਟਰ ਹੀ ਨਹੀਂ ਲਾਇਆ, ਠੀਕ ਹੈ, ਜਿਹੜਾ ਕਰੰਟ ਵਾਲਾ ਉਹ ਵੀ ਨਹੀਂ ਉਹਦੇ ਵਿੱਚ ਲਾਇਆ, ਠੀਕ ਹੈ ਜੀ। ਇਹ ਐਕਸਪਰਟ ਫਿਰ ਅਸੀਂ ਦੂਜੀ ਵਾਰ ਜਦੋਂ ਸਾਰੀਆਂ ਚੀਜ਼ਾਂ ਚੈੱਕ ਕੀਤੀਆਂ, ਠੀਕ ਹੈ, ਤੇ ਉਸ ਚੀਜ਼ ਦੇ ਉੱਤੇ ਕੰਮ ਕਰਨ ਤੋਂ ਬਾਅਦ ਇਹ ਮਿਲਿਆ ਸਾਨੂੰ ਕਿ ਉਹਦੇ ਵਿੱਚ ਅਨੋਲਮੈਂਟ ਲੈਟਰ ਨਹੀਂ ਲੱਗਿਆ ਸੀਗਾ, ਠੀਕ ਹੈ, ਜਦੋਂ ਸਾਰੀ ਫਾਈਲ ਉੱਤੋਂ ਏਜੰਟ ਤੋਂ ਵਾਪਸ ਲਈ। ਸੋ ਇਹੋ ਜਿਹੀਆਂ ਗਲਤੀਆਂ ਇਹ ਲੋਕ ਕਰਦੇ ਆ, ਠੀਕ ਹੈ, ਤੇ ਕਈਆਂ ਨੂੰ ਨਤੀਜਾ ਇਹਨਾਂ ਦਾ ਭੁਗਤਣਾ ਪੈਂਦਾ, ਠੀਕ ਹੈ ਜੀ। ਤੇ ਉਦੋਂ ਅਗਲੀ ਗੱਲ ਕਰਦੇ ਆ ਕਿ ਫੀ ਰਿਸਿਪਟ ਆ, ਹੁਣ ਜਿਹੜੀ ਫੀਸ ਇੰਡੀਆ ਦੇ ਵਿੱਚ ਦੀਦੀ ਦੇ ਅਕਾਊਂਟ ਦੇ ਵਿੱਚੋਂ ਟ੍ਰਾਂਸਫਰ ਹੋਈ ਸੀ ਭਾਜੀ ਨੂੰ, ਉਹਦੀ ਕੋਈ ਰਿਸਿਪਟ ਨਹੀਂ ਲਾਈ ਸੀ, ਨਾ ਹੀ ਭਾਜੀ ਦੀਆਂ ਰਿਸਿਪਟਾਂ ਜੋ ਵੀ ਟ੍ਰਾਂਸਕ੍ਰਿਪਟਾਂ ਸੀਗੀਆਂ ਉਹ ਲਾਈਆਂ ਉਹਨਾਂ ਨੇ। ਇੱਕ ਤਾਂ ਫੀ ਰਿਸਿਪਟ ਹੁੰਦੀ, ਇੱਕ ਟ੍ਰਾਂਸਕ੍ਰਿਪਟ ਹੁੰਦੀ ਆ, ਠੀਕ ਹੈ, ਕੋਈ ਵੀ ਨਹੀਂ ਲਾਈ। ਸੋ ਦੂਜੀ ਵਾਰ ਅਸੀਂ ਇੰਪਰੂਵਮੈਂਟ ਕਰਕੇ ਉਹ ਚੀਜ਼ ਲਾਈ, ਉਹਦੇ ਵਿੱਚ ਇਨਕਲੂਡ ਕੀਤੀ। ਤੇ ਚੌਥੀ ਪੰਜਵੀਂ ਜਿਹੜੀ ਗੱਲ ਆ ਗਈ ਆ, ਠੀਕ ਹੈ, ਜਿਹੜੀ ਮੈਨੂੰ ਮੇਨ ਲੱਗੀ ਇਹਦੇ ਵਿੱਚ ਕਿ ਠੀਕ ਹੈ, ਰਿਲੇਸ਼ਨਸ਼ਿਪ ਪਰੂਫ ਨਾ ਉਹਦੇ ਵਿੱਚ ਕੋਈ ਚੈਟ ਲਾਈ ਆ, ਠੀਕ ਹੈ, ਨਾ ਸਕਰੀਨ ਸ਼ਾਟ ਲਾਏ ਆ, ਨਾ ਸੋਸ਼ਲ ਮੀਡੀਆ ਦਾ ਕੋਈ ਵਾਇਵਾ ਦਿੱਤਾ ਜਿਹੜਾ ਇੰਨਾ ਕੁਛ ਉਹਨੂੰ ਪ੍ਰੋਵਾਈਡ ਕੀਤਾ ਸੀ, ਕੁਛ ਵੀ ਨਹੀਂ ਲਾਇਆ। ਸੋ ਸੈਕਿੰਡ ਟਾਈਮ ਜਦੋਂ ਉਸ ਚੀਜ਼ ਤੇ ਅਸੀਂ ਕੰਮ ਕੀਤਾ, ਦੀਦੀ ਤੇ ਭਾਜੀ ਅਸੀਂ ਤਿੰਨਾਂ ਨੇ, ਵਾਈਫ ਨੇ, ਚਾਰਾਂ ਨੇ ਕੋਪਰੇਟ ਕੀਤਾ ਇੱਕ ਦੂਜੇ ਦੇ ਨਾਲ ਕਰਕੇ, ਸਾਰੀਆਂ ਚੀਜ਼ਾਂ ਪ੍ਰਪੇਅਰ ਕੀਤੀਆਂ, ਸੈਟਲ ਕਰਕੇ ਤੇ ਲਾਈ ਤਾਂ ਰਿਜ਼ਲਟ ਪੋਜ਼ਿਟਿਵ ਮਿਲਿਆ, ਠੀਕ ਹੈ। ਇੰਨਾ ਕੁਛ ਚੇਂਜਸ ਕੀਤਾ, ਇਹ ਗਲਤੀਆਂ ਰਹਿੰਦੀਆਂ ਕਿਉਂਕਿ ਆਪਾਂ ਸਸਤੇ ਏਜੰਟ ਚੁਣਦੇ ਹਾਂ, ਦੂਜੀ ਗੱਲ ਆਪਾਂ ਆਪਦੀ ਫਾਈਲ ਦੀ ਕੇਅਰ ਨਹੀਂ ਕਰਦੇ, ਤੀਜੀ ਗੱਲ ਇਹਦੇ ਵਿੱਚ ਇਹ ਆ ਕਿ ਠੀਕ ਆਪਾਂ ਆਪਦੀ ਜਿੰਨਾ ਚਿਰ ਰਿਸਪੋਂਸੀਬਿਲਟੀ ਨਹੀਂ ਸਮਝਦੇ, ਠੀਕ ਹੈ, ਉਹਨਾਂ ਚਿਰ ਕੁਛ ਨਹੀਂ ਹੋਣ ਲੱਗਿਆ, ਠੀਕ ਹੈ। ਇੱਕ ਆਪਾਂ ਆਪ ਤਾਂ ਉਹੋ ਜਿਹੀ ਕੰਟਰੀ ਚ ਰਹਿ ਰਹੇ ਹਾਂ ਤੇ ਆਪਾਂ ਅਵੇਅਰ ਹੋਣ ਦਾ ਨਾਂ ਨਹੀਂ ਲੈ ਰਹੇ ਕਿ ਆਪਾਂ ਨੂੰ ਕੀ ਕਰਨਾ ਚਾਹੀਦਾ। ਸੋ ਇਹ ਸਾਰੀਆਂ ਚੀਜ਼ਾਂ ਮੈਂ ਇਸ ਚੀਜ਼ ਦੇ ਵਿੱਚ ਦੇਖੀਆਂ, ਠੀਕ ਹੈ, ਕਿ ਇਹ ਕਮੀਆਂ ਸੀਗੀਆਂ, ਇਹ ਕਮੀਆਂ ਦੂਰ ਕੀਤੀਆਂ ਤਾਂ ਸੈਕਿੰਡ ਟਾਈਮ ਪੋਜ਼ਿਟਿਵ ਰਿਜ਼ਲਟ ਸਾਨੂੰ ਮਿਲ ਗਿਆ। ਸੋ ਵੀਰੋ, ਇਹ ਸਟੋਰੀ ਦੱਸਣ ਦਾ ਮਕਸਦ ਇਹ ਸੀ ਆ ਕਿ ਆਪਾਂ ਨੂੰ ਆਪਦੇ ਵਿੱਚ ਵੀ ਇੰਪਰੂਵਮੈਂਟ ਕਰਨੀ ਚਾਹੀਦੀ। ਜਿਹੜਾ ਆਪਾਂ ਸਲਾਹਕਾਰ ਚੁਣਨਾ ਉਹ ਵੀ ਇੱਕ ਚੰਗਾ ਇਮੀਗ੍ਰੇਸ਼ਨ ਐਕਸਪਰਟ ICCRC ਬੋਡੀ ਦਾ ਇੱਕ ਪਾਰਟ ਹੋਣਾ ਚਾਹੀਦਾ, ਜਿਹਨੂੰ ਇੱਕ ਨੌਲੇਜ ਹੋਵੇ। ਇਹ ਨਹੀਂ ਆ ਕਿ ਜਿਹੜੇ ਦੁਕਾਨਾਂ ਖੋਲ ਕੇ ਬੈਠੇ ਤੁਸੀਂ ਜਾ ਕੇ ਜਾਂਦਿਆਂ ਲਵਾ ਲਿਆ, ਫਿਰ ਤਾਂ ਰਿਫਿਊਜ਼ਲ ਆ ਸੱਜਣੋ, ਮੇਰੇ ਕਹਿਣ ਤਰ੍ਹਾਂ ਰਿਫਿਊਜ਼ਲ ਲੱਗਣੀ ਲੱਗਣੀ ਆ, ਸਾਡੇ ਆਪਦੇ ਘਰਦਿਆਂ ਜੀਆਂ ਦੇ ਰਿਫਿਊਜ਼ਲ ਲੱਗੀ ਆ। ਸੈਕਿੰਡ ਟਾਈਮ ਜੇ ਉਸ ਚੀਜ਼ ਨੂੰ ਅਸੀਂ ਕੰਮ ਨਾ ਕਰਦੇ ਤਾਂ ਸੈਕਿੰਡ ਟਾਈਮ ਵੀ ਪੱਕੀ ਸੀ। ਸੋ ਹਮੇਸ਼ਾ ਚੀਜ਼ਾਂ ਨੂੰ ਲਰਨ ਕਰੋ, ਸਿੱਖੋ, ਕਵਰਿੰਗ ਲੈਟਰ ਪ੍ਰਪੇਅਰ ਕਰੋ, ਜੇ ਤੁਹਾਨੂੰ ਨਹੀਂ ਪਤਾ ਲੱਗਦਾ ਕਿਸੇ ਤੋਂ ਪ੍ਰਪੇਅਰ ਕਰਾਓ, ਠੀਕ ਹੈ। ਹਮੇਸ਼ਾ ਮੈਂ ਰਿਕਮੈਂਡ ਕਰਦਾ ਐਕਸਪਲੇਨੇਸ਼ਨ ਸਟੋਰੀ ਐਕਸਪਲੇਨੇਸ਼ਨ ਦਿਓ, ਜਾਣੀ ਕਿ ਆਪਦੇ ਫੰਡ ਦੇ ਫੰਡ ਕਿੱਥੋਂ ਆਏ ਆ, ਪ੍ਰੋਪਰ ਸੋਰਸ ਮੈਂਸ਼ਨ ਕਰੋ। ਇਹ ਸਾਰੀਆਂ ਚੀਜ਼ਾਂ ਹੀ ਆਪਣੀ ਫਾਈਲ ਨੂੰ ਹੈਲਪ ਕਰਦੀਆਂ। ਸੋ ਇਹ ਚੀਜ਼ਾਂ ਕਰਕੇ ਇੰਪਰੂਵਮੈਂਟ ਕਰਨ ਤੋਂ ਬਾਅਦ ਮੇਰੀ ਦੀਦੀ ਦਾ ਜਿਹੜਾ ਸੈਕਿੰਡ ਟਾਈਮ ਅਪਲਾਈ ਕਰਨ ਤੋਂ ਬਾਅਦ ਵੀਸਾ ਅਪਰੂਵਡ ਹੋ ਗਿਆ, ਤੇ ਮੈਂ ਬਹੁਤ ਜ਼ਿਆਦਾ ਐਕਸਾਈਟਡ ਹਾਂ ਤੇ ਖੁਸ਼ ਵੀ ਹਾਂ ਕਿ ਉਹਨਾਂ ਨੇ ਆ ਰਹੇ ਹਾਂ। ਸੋ ਬਾਕੀ ਇਹ ਵੀਡੀਓ ਚੰਗੀ ਲੱਗੀ, ਠੀਕ ਹੈ, ਤਾਂ ਸ਼ੇਅਰ ਕਰ ਦਿਓ ਸਾਰਿਆਂ ਨਾਲ ਤੇ ਚੈਨਲ ਸਬਸਕ੍ਰਾਈਬ ਕਰ ਲਿਓ, ਠੀਕ ਹੈ ਜੀ। ਤੇ ਬਾਕੀ